ਤਰੀ ਦੇ ਕਲੋਵੜੇ ਇਲਾਕੇ ਦੇ ਵਿੱਚ ਗੱਡੀ ਜਿਹੜੀ ਸਟਾਰਟ ਕਰਕੇ ਬੱਚਾ ਵਿੱਚ ਬਿਠਾ ਦਿੱਤਾ ਗਿਆ ਮਾਪੇ ਅੰਦਰੋਂ ਕੁਝ ਲੈਣ ਗਏ ਤੇ ਇਹਨਾਂ ਨੂੰ ਇੱਕ ਚੋਰ ਜਿਹੜਾ ਉਹ ਕਾਰ ਅਸਟਾਰਟ ਖੜੀ ਜਿਹੜੀ ਆ ਉਹ ਭਜਾ ਕੇ ਲੈ ਗਿਆ ਉਸ ਤੋਂ ਬਾਅਦ ਪੁਲਿਸ ਜਿਹੜੀ ਹਰਕਤ ਵਿੱਚ ਆਈ ਜਿੰਨਾ ਵੀ ਤੰਤਰ ਸੀਗਾ ਜਿੰਨੇ ਰਿਸੋਰਸਸ ਸੀਗੇ ਸਾਰੇ ਜਿਹੜੇ ਵਰਤੇ ਤੇ ਗਏ 40-50 ਮਿੰਟ ਬਾਅਦ ਕਿ ਇਹੀ ਗੱਡੀ ਜਿਹੜੀ ਆ ਕਿਸੇ ਨੇ ਖੜੀ ਦੇਖੀ ਕਿਤੇ ਪੁਲਿਸ ਨੂੰ ਕਾਲ ਕੀਤੀ ਉੱਥੋਂ ਬੱਚਾ ਸਹੀ ਸਲਾਮਤ ਤੇ ਗੱਡੀ ਸਹੀ ਸਲਾਮਤ ਜਿਹੜੀ ਆ ਲੱਭ ਪਈ ਆ ਸਵੇਰੇ ਕਾਫੀ ਅੱਜ ਹੌਟ ਨਿਊਜ਼ ਬਣੀ ਹੋਈ ਸੀ ਕਿਉਂਕਿ ਗੱਲ ਬੱਚੇ ਦੀ ਸੀਗੀ ਤੇ ਸਾਰੇ ਬੜੀ ਗੰਭੀਰਤਾ ਨਾਲ ਲੈ ਰਹੇ ਸਗੇ ਬਾਕੀ ਸਰੀ ਆਰਸੀਪੀ ਨੇ ਕਿਹਾ ਕਿ ਬੱਚਾ ਬਿਲਕੁਲ ਸੁਰੱਖਿਅਤ ਹੈਗਾ ਆ ਸੋ ਇੱਕ ਹੋਰ ਵੀ ਸਬਕ ਹੈਗਾ ਬਾਕੀਆਂ ਦੇ ਵਾਸਤੇ ਵੀ ਕਿ ਜਿਹੀ ਕਤਾਹੀ ਜਿਹੜੀ ਕਦੀ ਨਹੀਂ ਕਰਨੀ ਚਾਹੀਦੀ ਜਿਹੜੇ ਆਪਣੇ ਬੱਚੇ ਆ ਉਹਨਾਂ ਟੈਂਡੈਂਟ ਜਿਹੜੇ ਤਾਂ ਗੱਡੀ ਵਿੱਚ ਛੱਡ ਕੇ ਨਹੀਂ ਜਾਣਾ ਚਾਹੀਦੇ ਵਿਚਾਰ ਤੁਸੀਂ 2-4 ਮਿੰਟ ਲਈ ਜਾਣਾ ਹੁੰਦਾ ਕਈ ਵਾਰਿੰਦਰ ਟਾਈਮ ਲੱਗ ਸਕਦਾ ਆ ਤੇ ਚੋਰ ਜਿਹੜਾ ਪਤਾ ਨਹੀਂ ਕਿੱਥੋਂ ਪਲਗਟ ਹੋ ਜਵੇ ਤੇ ਤੁਹਾਡੀ ਗੱਡੀ ਤੁਹਾਡਾ ਬੱਚਾ ਜਿਹੜਾ ਆ ਉਹ ਗਾਇਬ ਹੋ ਸਕਦੇ ਆ ਸੋ ਸ਼ੁਕਰ ਆ ਕਿਸੇ ਮਾਮਲੇ ਦੇ ਵਿੱਚ ਬੱਚੇ ਦੇ ਕੋਈ ਵੀ ਜਿਹੜੀ ਆ ਉਹਨੂੰ ਅਸਰੀਰ ਕਾਨੂੰਨ ਜਿਹੜੀ ਸਿਰ ਇਕੱਠੇ ਸਭ ਨੂੰ ਨਹੀਂ ਪਹੁੰਚੀ ਬੱਚਾ ਸਹੀ ਸਲਾਮਤ ਆ ਪਰ ਮਾਪਿਆਂ ਦੀ ਕਲਾਰ ਹੋਣ ਜ਼ਰੂਰ ਜਿਹੜਾ ਵੈਲਫੇਅਰ ਮੈਕਮੋਨਾਂ ਵੱਲੋਂ ਲੱਗੂਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ